ਆਹ ਜਿਹੜਾ ਐਸਡੀਐਮ ਲਾਇਆ ਤੁਸੀਂ ਜਿਹਦੇ ਗਲੇ ਚ ਪੱਟਾ ਪਾਇਆ ਵਿਆ ਹੈ ਜਿਹੜਾ ਨਾਂ ਜਸਪਾਲ ਸਿੰਘ ਹੈ ਗੱਲਾਂ ਦਾ ਬੜੀਆਂ ਵੱਡੀਆਂ ਵੱਡੀਆਂ ਕਰਦਾ ਇਹ ਲੇਕਿਨ ਹੁਣ ਇਹਦੀ ਸ਼ੂਗਰ ਘਟੀ ਪਈ ਹੈ ਫੋਨ ਨਹੀਂ ਚੱਕਦਾ ਵਧੀ ਪਈ ਹੈ ਕੋਈ ਕਹਿੰਦਾ ਮੇਰਾ ਦੋਸਤ ਦਾ ਫੋਨ ਆਇਆ ਸੀ ਭੋਲਾ ਸਾਡਾ ਐਮਸੀ ਹੈ ਉਹ ਕਹਿੰਦਾ ਵੀ ਉਹਰਾ ਫੋਨ ਆਇਆ ਔਰ ਇਹ ਸ਼ੂਗਰ ਵੱਧ ਗਈ ਹੈ ਮੈਂ ਕਿਹਾ ਅਜੇ ਤਾਂ ਘਟਣੀ ਵੀ ਹੈ ਜੇ ਜਸਪਾਲ ਸਿੰਘ ਸਮਾਂ 2 ਸਾਲਾਂ ਬਾਅਦ ਤੇਰਾ ਇਲਾਜ ਨਾ ਕੀਤਾ ਤਾਂ ਮੈਨੂੰ ਕੁਲਦੀਪ ਸਿੰਘ ਦਾ ਪੁੱਤ ਨਾ ਕਹੀਂ ਔਰ ਜਿਨੇ ਜਿਨੇ ਸਾਨੂੰ ਬਾਜੀ ਪਾਈ ਹੈ ਔਰ ਇਹ ਅਸੀਂ ਬਾਜੀ ਮੂੜੀ ਹੈ ਉਦੋਂ ਵੀ ਰੱਖਦੀ ਨਾ ਇਹਨਾਂ ਗਰੀਬਾਂ ਨਾਲ ਕਿਉਂ ਧੱਕਾ ਕੀਤਾ ਸਰਪੰਚੀਆਂ ਦੇ ਜਿਹੜੇ ਐਸਸੀ ਗਰੀਬ ਭਰਾ ਜਿਨ੍ਹਾਂ ਦੇ ਫਾਇਦੇ ਹੋਣੇ ਸੀ ਗਲੀਆਂ 'ਚ ਜਾਣਾ ਸੀ ਸਰਪੰਚਾਂ ਨੇ ਵੋਟਾਂ ਮੰਗਣ ਜਾਣਾ ਸੀ ਹੱਥ ਜੋੜਨੇ ਸਨ ਫਿਰ ਉਹਨਾਂ ਨੇ ਉਹਨਾਂ ਤੋਂ ਮੋਹਰ ਲਵਾਉਣੀ ਸੀ ਹੁਣੇ ਜਿਹੜੇ ਜੇਤੂ ਕਰਾਰ ਦੇਤੇ ਇਹਨਾਂ ਨੇ ਤਾਂ ਕਿਸੇ ਦੇ ਕੋਲੇ ਜਾਣਾ ਹੀ ਨਹੀਂ ਔਰ ਵਿਚਾਰੇ ਲੋਕਾਂ ਨੂੰ ਇਹ ਕਹਿਣ ਕਿ ਅਸੀਂ ਕਿਹੜਾ ਵੋਟਾਂ ਲਈਆਂ ਸੋ ਮੇਰੇ ਕਹਿਣ ਦਾ ਮਤਲਬ ਪਿੰਡਾਂ ਦੇ ਪਿੰਡਾਂ ਦੇ ਗਰੀਬਾਂ ਦੀਆਂ ਬਦਸੀਸਾਂ ਤੁਹਾਨੂੰ ਦੁਆ ਨੂੰ ਮਿਲਣੀਆਂ ਜੋ ਤੁਸੀਂ ਕੰਮ ਕੀਤਾ ਤੇ ਤੀਜਾ ਆ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਸਹਿਬਾਨ ਐ ਨਵੇਂ-ਨਵੇਂ ਆਮ ਆਦਮੀ ਪਾਰਟੀਆਂ ਜੁਆਇਨ ਕੀਤੀਆਂ ਜਿਨ੍ਹਾਂ ਲੋਕਾਂ ਨੇ ਆ 3 4 2 ਆ ਹੋਰ ਐ ਮੇਰੀ ਬੇਨਤੀ ਆ ਪਿੰਡਾਂ ਵਾਲਿਓ ਮੈਂ ਆ ਰਿਹਾ ਠੀਕ ਚੱਲਣ ਲੱਗਿਆ ਆ ਦੇ ਵਿੱਚ ਪਿੰਡਾਂ ਦੇ ਮਹੱਲਿਆਂ ਦੇ ਗਲੀਆਂ ਦੇ ਵਿੱਚ ਇਹ ਵੀਡੀਓ ਪਹੁੰਚਾ ਦਿਓ ਕਿ ਆਮ ਆਦਮੀ ਪਾਰਟੀ ਨੇ ਸਰਪੰਚੀਆਂ ਦੇ ਕਾਗਜ਼ ਰੱਦ ਕਰ ਦਿੱਤੇ ਐ ਹੁਣ ਸਰਪੰਚ ਤੁਹਾਡੇ ਬੂਏ ਤੇ ਨਹੀਂ ਆਉਣਗੇ ਤੁਹਾਡਾ ਫੋਨ ਵਾਲਾ ਫਾਇਦਾ ਇਹਨਾਂ ਨੇ ਨੁਕਸਾਨ ਕਰਾਤਾ ਤੁਹਾਨੂੰ ਕਈਆਂ ਨੂੰ ਪਰਿਵਾਰਾਂ ਨੂੰ ਫਾਇਦਾ ਹੋਣਾ ਸੀ ਕਈਆਂ ਦੀ ਕਾਲ ਕੀ ਹਾਲ ਹੈ ਠੀਕ ਠਾਕ ਹੂੰ ਸੋ ਮੈਂ ਇਹ ਜਿਹੜਾ ਲਾਈਵ ਹੋ ਰਿਹਾ ਹੈ ਗਿੱਦੜਬੇ ਵਾਲਿਆਂ ਸੇ ਹੋ ਰਿਹਾ ਹੈ ਅ ਮੈਨੂੰ ਪਤਾ ਨਹੀਂ ਸੀ ਰਾਤ 4 ਵਜੇ ਕੁਝ ਲੋਕਾਂ ਦੇ ਟੈਲੀਫੋਨ ਆਏ ਔਰ ਪਤਾ ਲੱਗ ਗਿਆ ਕਿ ਕੁਝ ਲੋਕਾਂ ਨੂੰ ਸਾਡਿਆਂ ਨੂੰ ਸਿੰਬਲ ਮਿਲੇ ਵੇ ਸੀਗੇ ਜਿਹੜੇ ਯਾਨੀ ਕਿ ਸਰਪੰਚੀ ਦੇ ਚੋਣਾਂ ਦੇ ਸਿੰਬਲ ਮਿਲ ਗਏ ਸੀ ਤੇ ਉਹ ਸਿੰਬਲ ਕੈਨਸਲ ਕਰਕੇ 29 ਤੋਂ 30 ਪਿੰਡਾਂ ਦੇ ਟੋਟਲ 52 ਪਿੰਡ ਹੈ ਸਾਡੇ 29 ਤੋਂ 30 ਪਿੰਡਾਂ ਦੇ ਸਰਪੰਚਾਂ ਦੇ ਕਾਗਜ਼ ਜਿਹੜੇ ਆ ਉਹ ਕੈਨਸਲ ਕਰਤੇ ਇਹਦੇ ਤੋਂ ਇਹ ਮਤਲਬ ਹੈ ਕਿ ਇਹਰਾ ਮਤਲਬ ਚੋਣ ਆਮ ਆਦਮੀ ਪਾਰਟੀ ਜਿਹੜੀ ਹੈਗੀ ਆ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਪਾਰਟੀ ਜਿਹੜੀ ਲੋਕਤੰਤਰ ਦੀਆਂ ਗੱਲਾਂ ਕਰਦੀ ਸੀ ਜਾਂ ਜਿਹੜੀ ਕਹਿੰਦੇ ਸੀ ਕਿ ਅਸੀਂ ਨਵਾਂ ਬਦਲਾਵ ਲੈ ਕੇ ਆਵਾਂਗੇ ਉਹਨਾਂ ਨੇ ਬਦਲਾਵ ਦੇ ਰੰਗ ਵੈਸੇ ਤਾਂ ਪੂਰੇ ਪੰਜਾਬ 'ਚ ਵਿਖਾਏ ਪੂਰੇ ਪੰਜਾਬ 'ਚ ਵੇਖਣ ਨੂੰ ਮਿਲੇ ਲੇਕਿਨ ਇੱਥੇ ਬੜੀ ਸਕੀਮ ਦੇ ਨਾਲ ਲੋਕਾਂ ਤੋਂ ਪੈਸੇ ਲੈ ਲੇ ਕਾਗਜ ਭਰ ਆਲੇ ਖਜ਼ਾਨੇ 'ਚ ਪੈਸੇ ਪਾ ਲੇ ਲੋਕਾਂ ਦੀ 4-4 ਦਿਨ ਖੱਜਲ-ਖਵਾਰੀ ਕੀਤੀ ਲਿਸਟਾਂ ਲਾਤੀਆਂ ਕਾਗਜ ਸਹੀ ਹੈ ਔਰ ਉਸ ਤੋਂ ਬਾਅਦ ਅੱਜ ਰਾਤ ਨੂੰ 4 ਵਜੇ ਕਾਗਜ ਜਿਹੜੇ ਆ ਸਾਰੇ ਰੱਦ ਕਰਦੇ 29 ਪੰਚਾਇਤਾਂ ਜਿਹੜੀਆਂ ਹੈਗੀਆਂ ਉਹ ਸਿੱਧੀਆਂ ਜੇਤੂ ਕਰਾਰ ਦੇ ਦਿੱਤੀਆਂ ਗਈਆਂ ਸੋ ਮੈਂ ਵਧਾਈ ਦੇਣਾ ਚਾਹਣਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਨੂੰ ਜੀ ਬਈ 29 ਸਰਪੰਚ ਗਿੱਦੜਬਾਚ ਤੁਹਾਡੇ ਬਣ ਗਏ ਹੁਣ ਬਾਈ ਇਲੈਕਸ਼ਨ ਆ ਬੜਾ ਫਾਇਦਾ ਕਰਾਂਗੇ ਅਸੀਂ ਤੁਹਾਡਾ ਜਿਹੜੇ ਲੋਕਾਂ ਨੂੰ ਇਸ ਕੱਲ ਦਾ ਫਾਇਦਾ ਸੀਗਾ ਕਿ ਸਰਪੰਚਾਂ ਨੇ ਉਹਨਾਂ ਦੇ ਘਰਾਂ ਚ ਆਉਣਾ ਸੀਗਾ ਔਰ ਜਰਾਬੇ ਵਾਲੀ ਮੈਂ ਤੁਹਾਨੂੰ ਦੱਸ ਦਿਆਂ ਇਹ ਨਹੀਂ ਹੋਇਆ ਪਹਿਲਾਂ ਗਿੱਦੜਬਾਚ ਕਰੇ ਜਿਸ ਪ੍ਰਕਾਰ ਦਾ ਤੁਸੀਂ ਮਾਹੌਲ ਬਣਾਇਆ ਕਿ ਗਿੱਦੜਬਾਚ ਚ ਕਾਗਜ਼ ਕੈਂਸਲ ਹੋਣ ਬਾਈ ਇਲੈਕਸ਼ਨ ਹੋਊਗਾ ਫਿਰ ਮੇਰੇ ਵੀ ਕਾਗਜ਼ ਕੈਂਸਲ ਕਰਾ ਦਿਓ ਆ ਜਿਹੜਾ ਐਸ.ਡੀ.ਐਮ ਲਾਇਆ ਤੁਸੀਂ ਜਿਹਦੇ ਗਲੇ ਚ ਪੱਟਾ ਪਾਇਆ ਵਿਆ ਹੈ ਜਿਹੜਾ ਨਾਂ ਜਸਪਾਲ ਸਿੰਘ ਹੈ ਗੱਲਾਂ ਦਾ ਬੜੀਆਂ ਵੱਡੀਆਂ ਵੱਡੀਆਂ ਕਰਦਾ ਇਹ ਲੇਕਿਨ ਹੁਣ ਇਹਦੀ ਸ਼ੂਗਰ ਘੱਟੀ ਪਈ ਹੈ ਫੋਨ ਨਹੀਂ ਚੱਕਦਾ ਵਧੀ ਪਈ ਹੈ ਕੋਈ ਕਹਿੰਦਾ ਇਹਦਾ ਦੋਸਤ ਦਾ ਫੋਨ ਆਇਆ ਸੀ ਭੋਲਾ ਸਾਡਾ ਐਮ.ਸੀ. ਹੈ ਉਹ ਕਹਿੰਦਾ ਵੀ ਉਹਦਾ ਫੋਨ ਆਇਆ ਹੋਰੀ ਸ਼ੂਗਰ ਵੱਧ ਗਈ ਹੈ ਮੈਂ ਕਿਹਾ ਅਜੇ ਤਾਂ ਘਟਣੀ ਵੀ ਹੈ ਜੇ ਜਸਪਾਲ ਸਿੰਘ ਸਮਾਂ 2 ਸਾਲਾਂ ਬਾਅਦ ਤੇਰਾ ਇਲਾਜ ਨਾ ਕੀਤਾ ਤਾਂ ਮੈਨੂੰ ਕੁਲਦੀਪ ਸਿੰਘ ਦਾ ਪੁੱਤ ਨਾ ਕਹੀਂ ਔਰ ਜਿਨੇ ਜਿਨੇ ਸਾਨੂੰ ਭਾਜੀ ਪਾਈ ਹੈ ਔਰ ਇਹ ਅਸੀਂ ਭਾਜੀ ਮੂੜੀ ਹੈ ਹਮੇਸ਼ਾ ਜ਼ਿੰਦਗੀ ਚ ਔਰ ਇਹ ਉਹਨ ਸ਼ੁਕਰ ਇਦਾਂ ਹੀ ਘੜਦੀ ਵੱਧਦੀ ਰਹੂਗੀ ਇੱਕ ਹੈਗਾ ਬਈ ਡੀਸੀ ਉਹਦਾ ਨਾਂ ਹੈ ਤਰਪਾਠੀ ਤਰਪਾਠੀ ਦਾ ਹੈ ਨਹੀਂ ਮੈਨੂੰ ਹੋਰ ਹੀ ਕੁਝ ਲੱਗਦਾ ਏ ਕਿਉਂਕਿ ਇਹਦੀ ਤਰਪਾਠੀ ਸਾਹਿਬ ਵਾਲੀ ਤਾਂ ਕੋਈ ਸ਼ਕਲ ਨਹੀਂ ਲੱਗਦੀ ਜਿਸ ਪ੍ਰਕਾਰ ਦੀ ਸ਼ਕਲ ਔਰ ਸੂਰਤ ਹੈ ਔਰ ਇਹ ਜਿਵੇਂ ਪਿੰਡ ਦਾ ਚੌਕੀਦਾਰ ਕਰਦਾ ਹੁੰਦਾ ਇਸ ਤਰ੍ਹਾਂ ਡੀਸੀ ਦਾ ਬਿਹੇਵੀਅਰ ਹੈ ਆਈਐਸ ਦੇ ਨਾਮ ਨੂੰ ਇਹਨਾਂ ਨੇ ਮੈਂ ਸਮਝਦਾ ਕਿ ਦਾਗ ਲਾਤਾ ਹੈ ਆਈਐਸ ਦਾ ਬਹੁਤ ਵੱਡਾ ਉੱਚਾ ਰੁਤਬਾ ਹੈ ਪੰਜਾਬ ਦੇ ਅੰਦਰ ਔਰ ਆਈਆਈਐਸ ਅਫੀਸਰ ਬਹੁਤ ਚੰਗੇ ਵੀ ਹੈ ਇੱਥੇ ਪਹਿਲਾ ਡੀਪਟੀ ਕਮਿਸ਼ਨਰ ਲੱਗੇ ਰਹੇ ਉਹਨਾਂ ਨੇ ਆਪ ਦੇ ਡੀਪਟੀ ਕਮਿਸ਼ਨਰ ਦੀ ਕੁਰਸੀ ਦਾ ਗਰੀਮਾ ਦਾ ਸਨਮਾਨ ਰੱਖਿਆ ਲੇਕਿਨ ਇੰਨਾ ਲੋਗਾ ਨੇ ਮੈਂ तमाम ਆਈਐਸ ਅਫੀਸਰ ਸਹਿਬਾਨ ਨੂੰ ਦੱਸਣਾ ਚਾਹੁੰਦਾ ਇਹ ਜਿਹੜੇ ਥੱਲਿਓਂ ਚੱਲ ਕੇ ਆਏ ਤੁਸੀਂ ਆਈਐਸ ਅਫੀਸਰ ਬਣਾਤੇ ਇੰਨਾ ਲੋਗਾ ਨੇ ਤੁਹਾਡੀ ਲੋਕਾਂ ਦੀ ਵੀ ਮਿੱਟੀ ਬਲੀਦ ਕਰ ਦਿੱਤੀ ਆ ਜਿਹੜਾ ਤਿਰਪਾਠੀ ਵਰਗੇ ਜਿਹੜੇ ਲੋਕ ਆ ਗਏ ਇਹ ਜਿਵੇਂ ਜਿਵੇਂ ਬੰਦਾ ਇਹਨੂੰ ਆਰਡਰ ਮਾਰੀਦਾ ਨਾ ਏਦਾਂ ਫਾਇਲਾ ਫੋਟੋ ਏਦਾਂ ਖਚੋਂਦਾ ਹੈ ਇਹ ਲੀਡਰਾਂ ਦੇ ਨਾਲ ਜਿਵੇਂ ਇਹਦੀ ਕਦੇ ਫੋਟੋ ਨਹੀਂ ਖਿੱਚੀ ਹੁੰਦੀ ਕਿਸੇ ਮੰਤਰੀ ਦੇ ਨਾਲ ਏਰੀਆ ਅਖਬਾਰਾਂ ਚ ਫੋਟੋ ਦੇਖ ਲਓ ਇਹ ਐ ਮੂੰਹ ਕੱਢ ਕੇ ਫੋਟੋ ਖਚੋਂਦਾ ਹੈ ਕਿ ਜਿਵੇਂ ਆਮ ਬੰਦਾ ਕੋਈ ਜਿਨੇ ਵਿਚਾਰੇ ਨੇ ਕੁਝ ਵੇਖਿਆ ਨਹੀਂ ਕਿਉਂਕਿ ਇਹਨੂੰ ਇਹ ਕਹਿ ਕੇ ਲਾਇਆ ਗਿਆ ਡੀਸੀ ਤੈਨੂੰ ਡੀਸੀ ਦਾ ਲਾਉਣਾ ਨਹੀਂ ਇਹਨੂੰ ਇਸ ਤੋਂ ਪਹਿਲਾਂ ਕਿਸੇ ਕਿਸੇ ਸਰਕਾਰ ਨੇ ਡਿਪਟੀ ਕਮਿਸ਼ਨਰ ਨਹੀਂ ਲਾਇਆ ਕਿਉਂਕਿ ਇਹ ਕਾਬਿਲ ਹੀ ਨਹੀਂ ਸੀਗਾ ਜੇ ਕਾਬਿਲ ਹੁੰਦਾ ਤੇ ਇਹਨੂੰ ਡੀਸੀ ਪਹਿਲਾਂ ਲਾ ਦਿੰਦੇ ਕਿਤੇ ਸੋ ਪਹਿਲੀ ਵਾਰੀ ਇਸ ਸਰਕਾਰ ਨੇ ਇਹਨੂੰ ਡੀਸੀ ਲਾਇਆ ਡਿਪਟੀ ਕਮਿ ਸੋ ਇਸ ਬੰਦੇ ਨੇ ਮੁੱਖ ਮੰਤਰੀ ਸਾਹਿਬ ਦੇ ਇਹ ਸਾਰਾ ਜਿਹੜਾ اڈੰਬਰ ਰਚਿਆ ਸੋ ਚਲੋ ਮੁਬਾਰਕਾਂ ਤੁਹਾਨੂੰ ਹਜੇ ਤਾਂ ਤੁਹਾਨੂੰ ਮੁੱਖ ਮੰਤਰੀ ਸਾਹਿਬ ਨੇ ਹਟਾਉਣਾ ਵੀ ਹੈ ਦੋਵਾਂ ਜਾਨਿਆਂ ਨੂੰ ਜਦੋਂ ਗਿੱਦੜਵੇ ਦੀ ਜਿਮਨੀ ਚੋਣ ਹਾਰੋਗੇ ਨਾ ਉਦੋਂ ਤੁਸੀਂ ਲਾ ਦਿੱਤੇ ਜਾਓਗੇ ਕਿਉਂਕਿ ਸਾਰੇ ਦਾ ਸਾਰਾ ਜਿਹੜਾ ਦੋਸ਼ ਹੈ ਉਹ ਮਿਸਟਰ ਜਿਹੜਾ ਹੈਗਾ ਮੈਂਦਾਇ ਨੂੰ ਕਹਿਣਾ ਹੀ ਨਹੀਂ ਚਾਹੁੰਦਾ ਵੀ ਇਹ ਤੂੰ ਤਰਪਾਠੀ ਹੈ ਤੂੰ ਹੈ ਹੀ ਕੁਝ ਹੋਰ ਸੋ ਇਹਦੇ ਤੇ ਤੇ ਆ ਜਿਹੜਾ ਜਸਪਾਲ ਐ ਐਸਡੀਐਮ ਐ ਹੁਣ ਜਾਣਦਾ ਜਸਪਾਲ ਸਿਆ ਇਹ ਕੰਮ ਕਰੀ ਜੇ ਖੁਸ਼ ਕਰਨਾ ਹੈ ਮੁੱਖ ਮੰਤਰੀ ਸਾਹਿਬ ਨੂੰ ਜਾਂ ਸਰਕਾਰ ਨੂੰ ਤਾਂ ਤੂੰ ਸਾਡੇ ਕਾਗਜ ਹੀ ਉਡਾ ਦੀ ਭਰਾ ਮੇਰਾ ਉਦੋਂ ਵੀ ਰੱਖਦੀ ਨਾ ਇਹਨਾਂ ਗਰੀਬਾਂ ਨਾਲ ਕਿਉਂ ਧੱਕਾ ਕੀਤਾ ਹੈ ਸਰਪੰਚੀਆਂ ਦੇ ਜਿਹੜੇ ਐਸ ਸੀ ਗਰੀਬ ਭਰਾ ਜਿਨ੍ਹਾਂ ਦੇ ਫਾਇਦੇ ਹੋਣੇ ਸੀ ਗਲੀਆਂ 'ਚ ਜਾਣਾ ਸੀ ਸਰਪੰਚਾਂ ਨੇ ਵੋਟਾਂ ਮੰਗਣ ਜਾਣਾ ਸੀ ਹੱਥ ਜੋੜਨੇ ਸਨ ਫਿਰ ਉਹਨਾਂ ਨੇ ਉਹਨਾਂ ਤੋਂ ਮੋਹਰ ਲਵਾਉਣੀ ਸੀ ਹੁਣੇ ਜਿਹੜੇ ਜੇਤੂ ਕਰਾਰ ਦੇਤੇ ਇਹਨਾਂ ਨੇ ਤਾਂ ਕਿਸੇ ਦੇ ਕੋਲੇ ਜਾਣਾ ਹੀ ਨਹੀਂ ਔਰ ਵਿਚਾਰੇ ਲੋਕਾਂ ਨੂੰ ਇਹ ਕਹਿਣਗੇ ਅਸੀਂ ਕਿਹੜਾ ਵੋਟਾਂ ਲਈਆਂ ਸੋ ਮੇਰੇ ਕਹਿਣ ਦਾ ਮਤਲਬ ਪਿੰਡਾਂ ਦੇ ਪਿੰਡਾਂ ਦੇ ਗਰੀਬਾਂ ਦੀਆਂ ਬਦਸੀਸਾਂ ਤੁਹਾਨੂੰ ਦੂਆਂ ਨੂੰ ਮਿਲਣੀਆਂ ਜੋ ਤੁਸੀਂ ਕੰਮ ਕੀਤਾ ਤੇ ਤੀਜਾ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਸਹਿਬਾਨ ਹੈ ਨਵੇਂ-ਨਵੇਂ ਆਮ ਆਦਮੀ ਪਾਰਟੀਆਂ ਜੁਆਇਨ ਕੀਤੀਆਂ ਜਿਨ੍ਹਾਂ ਲੋਕਾਂ ਨੇ ਆ ਤਿੰਨ ਚਾਰ ਦੋ ਆ ਹੋਰ ਹੈ ਮੇਰੀ ਬੇਨਤੀ ਹੈ ਪਿੰਡਾਂ ਵਾਲਿਓ ਮੈਂ ਆ ਰਿਹਾ ਹਾਂ ਠੀਕ ਚੱਲਣ ਲੱਗਿਆ ਤੇ ਮੈਂ 11:30 11:00 ਵਜੇ ਪਹੁੰਚ ਜਾਊਗਾ ਗਿੱਦੜਵਾ ਤੇ ਸਾਰੇ ਜਾਣੇ ਐਸਡੀਐਮ ਦੇ ਦਫਤਰ ਚ ਤੁਸੀਂ ਆ ਜਾਓ ਤਾਂ ਜੋ ਆਪਾਂ ਇਹਨਾਂ ਨਾਲ ਹਿਸਾਬ ਕਿਤਾਬ ਕਰ ਲਈਏ ਜੋ ਹੋਊਗਾ ਫਿਰ ਵੇਖੀ ਜਾਊਗੀ ਸੋ ਮੇਰੀ ਤੁਹਾਨੂੰ ਬੇਨਤੀ ਹੈ ਸਾਰੇ ਜਾਣੇ ਫਿਰ ਆਪਾਂ ਅਗਲਾ ਫੈਸਲਾ ਉੱਥੇ ਲਵਾਂਗੇ ਕਿ ਉਦੋਂ ਬਾਅਦ ਉੱਤਰਪੜ ਜਿਹੜਾ ਇਹਰੇ ਜਾਣਾ ਹੈ ਡੀਸੀ ਦੇ ਜਾਣਾ ਹੈ ਕਿ ਫਿਰ ਐਸਡੀਐਮ ਨੂੰ ਕੇਰਨਾ ਤੇ ਮੇਰੀ ਬੇਨਤੀ ਹੈ ਹੁਣ ਐਸਡੀਐਮ ਐਡਾ ਉੱਚਾ ਲੰਮਾ ਜਟਾਂ ਦਾ ਮੁੰਡਾ ਆਪਦੇ ਆਪ ਨੂੰ ਬਹੁਤ ਘੈਂਟ ਕਹਿੰਦਾ ਇਹਨੂੰ ਕਹੇ ਐਸਡੀਐਮ ਦਫਤਰ ਆਜ ਸੋ ਐਸਡੀਐਮ ਦਫਤਰ ਆਓ ਤੇ ਫਿਰ ਪਤਾ ਲੱਗਣਾ ਹੈ ਵੀ ਕੀ ਹੋਣਾ ਹੈ ਔਰ ਇੱਕ ਮੇਰੀ ਬੇਨਤੀ ਹੈ ਤੁਹਾਨੂੰ ਯਾਰ ਦੋਸਤੋ ਜਿੰਨੇ ਵੀ ਪਿੰਡਾਂ ਚ ਇਹ ਗੱਲ ਮੇਰੀ ਸੁਣ ਰਹੇ ਹੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿ ਪਿੰਡਾਂ ਦੇ ਵੇੜਿਆਂ ਦੇ ਵਿੱਚ ਪਿੰਡਾਂ ਦੇ ਮਹੱਲਿਆਂ ਦੇ ਗਲੀਆਂ ਦੇ ਵਿੱਚ ਇਹ ਵੀਡੀਓ ਪਹੁੰਚਾ ਦਿਓ ਕਿ ਆਮ ਆਦਮੀ ਪਾਰਟੀ ਨੇ ਸਰਪੰਚੀਆਂ ਦੇ ਕਾਗਜ਼ ਰੱਦ ਕਰ ਦਿੱਤੇ ਹਨ ਹੁਣ ਸਰਪੰਚ ਤੁਹਾਡੇ ਬੂਏ ਤੇ ਨਹੀਂ ਆਉਣਗੇ ਤੁਹਾਡਾ ਫੋਨ ਵਾਲਾ ਫਾਇਦਾ ਇਹਨਾਂ ਨੇ ਨੁਕਸਾਨ ਕਰਾਤਾ ਤੁਹਾਨੂੰ ਕਈਆਂ ਨੂੰ ਪਰਿਵਾਰਾਂ ਨੂੰ ਫਾਇਦਾ ਹੋਣਾ ਸੀ ਕਈਆਂ ਦੀ ਗੱਲਬਾਤ ਸੁਣੀ ਜਾਣੀ ਸੀ ਕਈਆਂ ਦੇ ਕੰਮ ਹੋਣੇ ਸਨ ਸੋ ਤਕੜੇ ਹੋ ਕੇ ਹੁਣ ਇਹਨਾਂ ਜੀ ਆਪਾ ਸਾਰੇ ਸਾਰੇ ਅਣਖਵਰ ਗੈਰਤ ਵਾਲੇ ਆ ਆਮ ਆਦਮੀ ਪਾਰਟੀ ਦੇ ਇਹਨਾਂ ਲੀਡਰਾਂ ਨੂੰ ਪਿੰਡ ਚ ਨਹੀਂ ਵੜਨ ਦਿਆਂਗੇ ਜਿਵੇਂ ਕਿਸਾਨ ਯੂਨੀਅਨ ਵਾਲੇ ਮੋਰਚਾ ਲਾ ਕੇ ਭਾਜਪੀ ਵਾਲਿਆਂ ਦੀ مخالਫਤ ਉਹਨਾਂ ਨੇ ਕਰਦੇ ਰਹੇ ਐ ਇਸੇ ਤਰ੍ਹਾਂ ਇਹਨਾਂ ਲੀਡਰਾਂ ਦਾ ਜਿਹੜੇ ਨਵੇਂ-ਨਵੇਂ ਆਮ ਆਦਮੀ ਪਾਰਟੀ ਦੇ ਲੋਕ ਲੀਡਰ ਬਣੇ ਐ ਸਾਰੇ ਲੋਕ ਔਰ ਇਹਨਾਂ ਦਾ ਪਿੱਟ ਸਿਆਪਾ ਅਸੀਂ ਲੋਕਾਂ ਨੇ ਕਰਨਾ ਕਿਉਂਕਿ ਕਾਗਜ਼ ਇਹਨਾਂ ਨੇ ਤੁਹਾਡੇ ਕੈਂਸਲ ਕਰਾਏ ਐ ਹਿੰਮਤ ਸੀ ਤਾਂ ਤੀ ਪਿੰਡਾਂ ਚ ਚੋਣ ਲੜਦੇ ਫੇਰ ਪਤਾ ਲੱਗਦਾ ਵੀ ਕੀ ਭਾਵਿਕ ਦੀ ਐ ਸੋ ਮੇਰੀ ਤਾਂ ਬੇਨਤੀ ਹੈ ਸਰਕਾਰ ਨੂੰ ਕਿ ਸਰਪੰਚੀ ਦੇ ਕਾਗਜ਼ ਰੱਦ ਕਰਨੇ ਤਾਂ ਸਰਦਾਰ ਜੀ ਕਰਤੇ ਸਵਾ ਤਾਂ ਫੇਰ ਆ ਵੀ ਜੇ ਐਮਐਲਏ ਦੇ ਚੋਣਾਂ ਦੇ ਕਾਗਜ਼ ਰੱਦ ਕਰਾਇਆ ਤਾਂ ਫੇਰ ਮੈਂ ਮੰਗਾ ਵੀ ਵਾਕੇ ਹੀ ਜੁਰਤ ਆਲਾ ਤੇਰਾ ਹਾਰੂ ਲੱਗਿਆ ਤੇ ਜਾਂ ਤੇਰਾ ਡੀਸੀ ਲੱਗਿਆ ਇਹ ਡੇਢ ਮਹੀਨੇ ਦੇ ਮਹਿਮਾਨ ਐ ਇਹਨਾਂ ਨੂੰ ਰਹਿ ਨਹੀਂ ਦੇਣਾ ਇਲੈਕਸ਼ਨ ਕਮਿਸ਼ਨ ਦਿੱਲੀ ਨੂੰ ਮਿਲੂੰਗਾ ਹਾਈ ਕੋਰਟ ਚਨਾ ਦੀ ਰੈਟ ਵੀ ਪਾਊਂਗਾ ਤਰੀਕਾਂ ਤੇ ਦੱਬੀ ਫਿਰੂੰਗਾ ਔਰ ਜਦੋਂ ਸਮਾਂ ਆ ਗਿਆ ਇਹਨਾਂ ਦੀਆਂ ਇਨਕੁਆਰੀਆਂ ਖੋਲ ਕੇ ਇਸੇ ਐਸਡੀਐਮ ਦੀ ਤੇ ਇਸੇ ਡੀਸੀ ਨੂੰ ਇਨੂੰ ਮਜਾ ਚ ਕਾਵਾਂਗੇ ਜੇ ਤੁਹਾਡੇ ਸਾਰੇ ਸਰਪੰਚਾਂ ਤੋਂ ਹੱਥ ਜੋੜ ਕੇ ਜਿਹੜੇ ਖੜੇ ਸੀ ਮਾਫੀ ਨਾ ਮੰਗਾਈ ਤਾਂ ਰਾਜਾ ਵੜਿੰਗਣਾ ਕਿਓ ਜੋ ਤੇ ਤਗੜੇ ਹੋ ਜੋ ਆਜੋ 11:30 ਵਜੇ ਉੱਥੇ ਪਹੁੰਚਦੇ ਮੈਂ ਧੰਨਵਾਦ ਕਿਧਰ ਵੀ ਆ ਲਿਓ ਜਿਉਂਦੇ ਰਹੋ